ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤਰਨਦੀਪ ਕੌਰ ਹੈ ਅਤੇ ਮੈਂ ਬਟਾਲਾ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਮੈਂ USA ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੀ ਸੀ। ਇਸ ਕਰਕੇ ਅਸੀਂ ਬਹੁਤ ਸਾਰੇ ਏਜੰਟਸ ਨਾਲ ਕੰਟੈਕਟ ਕੀਤਾ ਪਰ ਕਿਤੋਂ ਵੀ ਸਾਨੂੰ ਰਾਈਟ ਗਾਈਡੈਂਸ ਨਹੀਂ ਮਿਲੀ। ਐਟ ਲਾਸਟ ਅਸੀਂ ਜਲੰਧਰ ਦੇ ਵਿੱਚ ਓਮ ਗਲੋਬਲ ਜਾ ਕੇ ਪੁਨੀਤ ਸਰ ਨਾਲ ਕੰਟੈਕਟ ਕੀਤਾ। ਉਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡੈਂਸ ਦਿੱਤੀ ਕਿ ਕਿਸ ਤਰ੍ਹਾਂ USA ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹਾਂ। ਉਹਨਾਂ ਦੇ ਹੈਲਪ ਲੈਂਦੇ ਹੋਏ ਅਸੀਂ ਆਪਣੀ ਸਾਰੀ ਫਾਈਲ ਉਹਨਾਂ ਕੋਲੋਂ ਰੈਡੀ ਕਰਵਾਈ। ਐਟ ਲਾਸਟ ਉਹਨਾਂ ਨੇ ਸਾਨੂੰ ਇੰਟਰਵਿਊ ਦੀ ਅਪੁਆਇੰਟਮੈਂਟ ਲੈ ਕੇ ਦਿੱਤੀ ਔਰ ਇੰਟਰਵਿਊ ਦੇਣ ਤੋਂ ਬਾਅਦ 'ਚ ਮੇਰਾ ਵੀਜ਼ਾ ਲੱਗ ਗਿਆ ਔਰ ਆਹ ਦੇਖ ਸਕਦੇ ਜੇ ਕਿ ਮੈਨੂੰ ਪੂਰਾ 5 ਸਾਲ ਦਾ USA ਦਾ ਸਟੂਡੈਂਟ ਵੀਜ਼ਾ ਮਿਲ ਗਿਆ। ਇਸ ਟਾਈਮ ਮੈਂ USA ਬੈਠੀ ਹੋਈ ਹਾਂ ਅਤੇ ਜਿਹੜੇ ਕਹਿੰਦੇ ਆ ਕਿ ਸਪਾਊਸ ਵੀਜ਼ਾ ਨਹੀਂ ਲੱਗਦਾ ਅਤੇ ਤੁਸੀਂ ਦੇਖ ਸਕਦੇ ਜੇ ਮੇਰੇ ਹਸਬੈਂਡ ਮੇਰੇ ਨਾਲ ਬੈਠੇ ਹੋਏ ਆ ਅਤੇ ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਸਪਾਊਸ ਵੀਜ਼ਾ ਨਹੀਂ ਲੱਗਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸੁਖਪ੍ਰੀਤ ਸਿੰਘ ਹੈ, ਮੈਂ ਬਟਾਲਾ ਸ਼ਹਿਰ ਦਾ ਰਹਿਣ ਵਾਲਾ। ਜਨਵਰੀ 'ਚ ਮੇਰੀ ਵਾਈਫ ਦਾ ਵੀਜ਼ਾ ਲੱਗਿਆ ਸੀ, 3 ਮਹੀਨੇ ਬਾਅਦ ਮੇਰਾ ਵੀਜ਼ਾ ਮਿਲ ਗਿਆ ਮੈਨੂੰ USA ਦਾ। 5 ਸਾਲ ਦਾ ਵੀਜ਼ਾ ਮਿਲਿਆ, ਲੀਗਲ ਵੀਜ਼ਾ ਮਿਲਿਆ, ਤੁਸੀਂ ਦੇਖ ਸਕਦੇ ਜੋ 5 ਸਾਲ ਦਾ ਵੀਜ਼ਾ ਲੀਗਲ ਵੀਜ਼ਾ ਮਿਲਿਆ ਮੈਨੂੰ। ਇਸ ਟਾਈਮ ਮੈਂ ਆਪਣੀ ਵਾਈਫ ਦੇ ਨਾਲ USA ਵਿੱਚ ਬੈਠਾ। ਸਾਨੂੰ ਓਮ ਗਲੋਬਲ ਸਟਾਫ ਨਾਲ ਸਾਨੂੰ ਏਅਰਪੋਰਟ ਪਿਕਅਪ ਮਿਲੀ, ਸਾਨੂੰ ਅਕੋਮੋਡੇਸ਼ਨ ਮਿਲੀ ਯੂਨੀਵਰਸਿਟੀ ਦੇ ਵਿੱਚ, ਸਾਰੀ ਬਹੁਤ ਹੈਲਪ ਕੀਤੀ। ਅਸੀਂ ਸਾਰਿਆਂ ਨੂੰ ਇੱਕ ਵਾਰੀ ਰੈਕਮੈਂਡ ਕਰਦੇ ਹਾਂ ਕਿ ਇੱਕ ਵਾਰੀ ਜ਼ਰੂਰ ਜਾ ਕੇ ਓਮ ਗਲੋਬਲ ਦੇ ਸਟਾਫ ਨਾਲ ਜਾ ਕੇ ਮਿਲੋ, ਪੁਨੀਤ ਸਰ ਨਾਲ, ਮਨੀ ਸਰ ਨਾਲ। ਉਹ ਤੁਹਾਡੀ ਪੂਰੀ ਹੈਲਪ ਕਰਨਗੇ, ਤੁਹਾਨੂੰ ਪੂਰਾ ਗਾਈਡ ਕਰਨਗੇ। ਜਿਵੇਂ ਸਾਡੀ ਲਾਈਫ ਚੇਂਜ ਹੋਈ, ਤੁਹਾਡੀ ਵੀ ਹੋ ਸਕਦੀ ਆ। ਯੂ ਕੈਨ ਸੀ ਆ 5 ਸਾਲ ਦਾ ਵੀਜ਼ਾ ਮੈਨੂੰ ਮਿਲਿਆ ਲੀਗਲ ਸਪਾਊਸ ਵੀਜ਼ੇ ਦਾ, 5 ਸਾਲ ਦਾ ਮੇਰੀ ਵਾਈਫ ਦਾ ਸਟੱਡੀ ਵੇਜ ਦਾ। ਇੱਕ ਵਾਰੀ ਜ਼ਰੂਰ ਜਾ ਕੇ ਓਮ ਗਲੋਬਲ ਸਟਾਫ ਨਾਲ ਕੰਟੈਕਟ ਕਰੋ, ਤੁਹਾਡੀ ਲਾਈਫ ਹੀ ਚੇਂਜ ਹੋ ਸਕਦੀ ਹੈ। ਤੁਸੀਂ ਵੀ USA ਆ ਸਕਦੇ ਜੇ, ਵੀਜ਼ੇ ਅੱਜ ਵੀ ਲੱਗਦੇ ਜੇ। ਇੱਕ ਵਾਰੀ ਜ਼ਰੂਰ ਜਾ ਕੇ ਓਮ ਗਲੋਬਲ ਸਟਾਫ ਨਾਲ ਕੰਟੈਕਟ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।